ਸਾਡੇ ਮੁੰਡੇ ਮਤਲਬ ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ ਨਹੀਂ ਪਹਿਚਾਣਦੀ ਸੀ ਅਤੇ ਜਦੋਂ ਮੈਂ ਆਪਣੇ ਨਨਾਣ ਘਰ ਆਉਂਦੀ ਹੁੰਦੀ ਸੀ ਮੈਨੂੰ ਟੀਚਰ ਪਾਦੀ ਹਮੇਸ਼ਾ ਕਰਦੇ ਹੁੰਦੇ ਸੀ ਅਤੇ ਮੈਨੂੰ ਨਹੀਂ ਪਤਾ ਉਹਨਾਂ ਦੇ ਦਿਲ 'ਚ ਕੀ ਆ ਅਤੇ ਜਦੋਂ ਮੈਂ ਮੇਰੇ ਪੇਟ 'ਚ ਦਰਦ ਹੋਇਆ ਰਾਤ ਦੇ 10 ਵਜੇ ਦਾ 10:30 ਵਜੇ ਦਾ ਟਾਈਮ ਸੀਗਾ ਅਤੇ ਮੈਂ ਰਾਤ ਨੂੰ ਬਾਹਰ ਨਿਕਲੀ ਅਤੇ ਮੁੰਡੇ ਮੈਨੂੰ ਮਤਲਬ ਸਿਰ ਬਲੇਟ ਕਦੇ ਮੇਰੇ ਗਲ ਪੈ ਗਿਆ ਅਤੇ ਮੈਨੂੰ ਪਹਾੜੀ 'ਤੇ ਲੈ ਗਿਆ ਅਤੇ ਉੱਥੇ ਉਹਨਾਂ ਨੇ ਮੇਰੇ ਨਾਲ ਮਤਲਬ ਰੇਪ ਬਲਾਤਕਾਰ ਕੀਤਾ ਗਿਆ ਹੈ। ਕੁੱਲ ਕਿੰਨੇ ਜਣੇ ਸੀ? 6 ਜਣੇ ਹੈਗੇ ਸੀ। ਹਾਂਜੀ, ਮਿਤੀ 25/4 ਨੂੰ ਹਰਜੀਤ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪੀਰ ਮਹਮੰਦ ਜੋ ਆਪਣੀ ਨਨਾਣ ਕੋਲ ਪਿੰਡ ਚੱਕੀਆਂ ਵਿਖੇ ਗਈ ਸੀਗੀ ਜੋ ਰਾਤ ਨੂੰ ਕਰੀਬ 10:30 ਵਜੇ ਬਾਥਰੂਮ ਕਰਨ ਲਈ ਬਾਹਰ ਗਲੀ ਵਿੱਚ ਆਈ ਸੀ ਜਿਸ ਨੂੰ 6 ਲੜਕਿਆਂ ਨੇ ਲਿਜਾ ਕੇ ਇਹਦੇ ਨਾਲ ਬਲਾਤਕਾਰ ਕੀਤਾ ਜਿਸ ਸੰਬੰਧੀ ਅਸੀਂ FIR ਨੰਬਰ 42, 363, 366, 376 ਤਹਿਤ ਮੁਕੱਦਮਾ ਦਰਜ ਕੀਤਾ ਜੋ ਜਲਦੀ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ। ਜੀ ਸਰ। ਹਾਂਜੀ, ਇਸ ਤਰ੍ਹਾਂ ਹੈ ਕਿ ਸਾਡੇ ਕੋਲ ਪੇਸ਼ੈਂਟ ਹਰਜੀਤ ਕੌਰ ਜਿਹੜੀ 26/4 ਨੂੰ ਸਵੇਰੇ 10:30 ਵਜੇ ਆਈ ਸੀ, ਇਹ ਹਿਸਟਰੀ ਆਫ ਸੈਕਸੁਅਲ ਅਸੋਲਟ ਦੇ ਰਹੇ ਨੇ ਇੱਕ ਰਾਤ ਪਹਿਲਾਂ। ਇਹਨਾਂ ਦਾ ਬਣਦੀ ਜੋ ਵੀ ਕਾਰਵਾਈ ਸੀ ਸਾਡੇ ਹੋਸਪਿਟਲ ਦੇ ਵਿੱਚ ਹੋਈ, ਇੱਥੇ ਇਹਨਾਂ ਦਾ ਮੈਡੀਕਲ ਲੀਗਲ ਪਰਚਾ ਕੱਟਿਆ ਗਿਆ, ਪ੍ਰੋਪਰ ਡਾਕੂਮੈਂਟੇਸ਼ਨ, ਪ੍ਰੋਪਰ ਜਿਹੜੇ ਇਹਨਾਂ ਦੇ ਸੈਂਪਲਿੰਗ ਵਗੈਰਾ ਕੀਤੀ ਗਈ। ਉਹਦੇ ਬਾਅਦ ਇਹਨਾਂ ਨੂੰ ਫਿਰੋਜ਼ਪੁਰ ਰੈਫਰ ਕੀਤਾ ਗਿਆ ਜਿੱਥੇ ਇਹਨਾਂ ਦਾ ਗਾਇਨੋਕੋਲੋਜੀਕਲ ਐਗਜ਼ਾਮੀਨੇਸ਼ਨ ਹੋਇਆ, ਨਾਲ ਇਹਨਾਂ ਦਾ ਅਲਟਰਾਸਾਊਂਡ ਹੋਇਆ। ਉਹ ਕਰਾ ਕੇ ਫਿਰ ਅੱਜ ਫਿਰ ਇਹ ਸਾਡੇ ਕੋਲ ਵਾਪਸ ਆ ਗਿਆ। ਹੁਣ ਆਪਾਂ ਇਹਨਾਂ ਨੂੰ ਐਡਮਿਟ ਕਰਤਾ। ਜਿਹੜੀ ਵੀ ਬਣਦੀ ਕਾਰਵਾਈ ਦੇ ਕਾਗਜ਼ ਪੱਤਰ ਨੇ ਉਹ ਅਸੀਂ SHO ਸਾਹਿਬ ਅਤੇ ਜਿਹੜੇ ਫੀਮੇਲ SI ਆਏ ਸੀਗੇ ਉਹਨਾਂ ਨੂੰ ਅਸੀਂ ਸੌਂਪਦੇ ਹਾਂ ਤਾਂ ਕਿ ਅਗਲੀ ਕਾਰਵਾਈ ਕੀਤੀ ਜਾਵੇ ਅਤੇ ਬਣਦੀ ਰਿਪੋਰਟ ਛੇਤੀ ਤੋਂ ਛੇਤੀ ਇਹਨਾਂ ਦੀ ਦੇ ਦਿੱਤੀ ਜਾਵੇ। Subscribe to our YouTube channel News DNN by clicking the bell icon. Don't forget to like, comment and share.